ਹਾਂਜੀ ਵੈਲਕਮ ਟੂ ਆਲ ਆਫ ਦੀ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜਿਵੇਂ ਕਿ ਬਹੁਤ ਸਾਰੇ ਸਟੂਡੈਂਟ ਵੇਟ ਕਰ ਰਹੀ ਸੀ ਕਿ ਕਦੋਂ ਨੋਟਸ ਆਏਗਾ ਕਦੋਂ ਅਸੀਂ ਆਪਣਾ ਰਿਜ਼ਲਟ ਚੈੱਕ ਕਰ ਸਕਾਂਗੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਈਟੀਟੀ ਨਰਚ ਰਨਮਨੀਆ ਸਾਮੀਆਂ ਸੀ ਉਹਨਾਂ ਲਈ ਪੇਪਰ ਲੱਤਾ ਗਿਆ ਸੀ ਪੇਪਰ ਦਾ ਜਿਹੜਾ ਕਾਫੀ ਟਾਈਮ ਬਾਅਦ ਜਿਹੜੀ ਅਨਸਰ ਕੀ ਪਾਈ ਗਈ ਹੈ ਠੀਕ ਹੈ ਸੋ ਅਨਸਰ ਕੀ ਪਾ ਦਿੱਤੀ ਗਈ ਹੈ ਤੇ ਤੁਸੀਂ ਕੀ ਹੋਰ ਨਾਲ ਲਿਖਿਆ ਸਾਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਅੱਜ ਦੀ ਤਰੀਕੀ ਪਾਇਆ ਗਿਆ ਠੀਕ ਹੈ ਸਪੈਸ਼ਲ ਗੱਲ ਜਿਹੜੇ ਹੈਗੇ ਉਹ ਵੀ ਧਿਆਨ ਚ ਰੱਖਿਓ ਸੋ ਚੈਨਲ ਜੁੜੇ ਰਹੋ ਸਬਸਕ੍ਰਾਈਬ ਕਰੋ ਬੈਲਿਕਨ ਬਟਨ ਦਬਲੋ ਆਉਣ ਤੇ ਇੱਕ ਜਿੰਨਿਆ ਕੇ ਆਉਣ ਵਾਲੀਆਂ ਜਾਣਕਾਰੀਆਂ ਸਾਰੀਆਂ ਤੁਹਾਨੂੰ ਮਿਲ ਲਗੀਆਂ ਜਿਵੇਂ ਕਿ ਤੁਹਾਨੂੰ ਪਤਾ ਈਟੀਟੀ 94 ਚਲਾਣ ਦੇ ਆਪਾਂ ਫ੍ਰੀ ਬੈਚ ਵੀ ਚਲਾਇਆ ਸੀ ਠੀਕ ਹੈ ਉਹ ਸਾਰੇ ਸਟੂਡੈਂਟ ਨੇ ਲਗਭਗ 4 500 ਸਟੂਡੈਂਟ ਨੇ ਫੋਲੋ ਕੀਤਾ ਸੀ ਔਰ ਜਿਨ੍ਹਾਂ ਦੇ ਉਸ ਦੇ ਬੈਚ ਦੇ ਅਨੁਸਾਰ ਕਿੰਨੇ ਨੰਬਰ ਆਏ ਆ ਉਹ ਵੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਚਲੋ ਜੀ ਗੱਲ ਕਰਨ ਲੈਨੇ ਵੀ ਸਿੱਖਿਆ ਭਾਗ ਵੱਲੋਂ 94 ਦੀਆਂ ਜਿਹੜਾ ਅਸਾਮੀਆਂ ਸੀ ਉਹਨਾਂ ਵਾਸਤੇ ਨੋਟਿਸ ਆਇਆ ਸੀ ਠੀਕ ਹੈ ਬਸ ਉਹ ਸਨੁਸਾਰੀਆਂ ਗੱਲਾਂ ਪਤੀ ਨਹੀਂ ਜੋ ਪਹਿਲਾਂ ਲਿਖੀਆਂ ਲਿਖਤੀ ਟੈਸ ਲੈ ਆ ਗਿਆ ਸੀ 5 ਮਾਰਚ ਨੂੰ ਤਾਂ ਇਹਦੀ ਜਿਹੜੀ ਆਨਸਰ ਕੀ ਹੁਣ ਅਜਨੇ ਟਾਈਮ ਬਾਅਦ ਪਾਈ ਗਈ ਹੈ ਅੱਜ ਪਾਈ ਗਈ ਹੈ 31 ਮਾਰਚ ਨੂੰ ਠੀਕ ਹੈ ਤਾਂ ਆਨਸਰ ਕੀ ਇਸ ਨੋਟਸ ਦੇ ਨਾਲ ਅਪਲੋਡ ਕਰ ਦਿੱਤੀ ਗਈ ਹੈ ਕਿ ਜੇਕਰ ਕਿਸੇ ਉਮੀਦਵਾਰ ਨੂੰ ਉਤਰ ਕੁੰਜੀ ਤੇ ਕੋਈ ਸ਼ੱਕਾ ਭਾਵ ਇਤਰਾਜ਼ ਹੋਵੇ ਤਾਂ ਉਹ ਆਪਣੀ ਲੌਗਇਨ ਆਈਡੀ ਤੇ ਜਾ ਕੇ 50 ਰੁਪਏ ਫੀਸ ਭਰ ਕੇ ਆਨਲਾਈਨ ਫੀਸ ਜਮ੍ਹਾਂ ਕਰਵਾਉਂਦੇ ਹੋਏ ਦਫ਼ਤਰ ਦੇ ਵੱਲੋਂ ਜਾਰੀ ਕੀਤੇ ਨਿਰਧਾਰਤ ਪਰਫਾਰਮੇ ਵਿੱਚ ਇਤਰਾਜ਼ ਆਪਣੀ ਆਈਡੀ ਤੇ ਹੀ ਆਨਲਾਈਨ ਲੌਗਇਨ ਕਰ ਸਕਦਾ ਕਹਿਣਾ ਵੀ ਤੁਸੀਂ ਆਪਣੀ ਆਈਡੀ ਖੋਲੋਗੇ ਆਪਣੇ ਰੋਲ ਨੰਬਰ ਜਿੱਥੋਂ ਤੁਸੀਂ ਮੰਨ ਲਓ ਰੋਲ ਨੰਬਰ ਡਾਊਨਲੋਡ ਕੀਤਾ ਸੀ ਉੱਥੇ ਜਾ ਕੇ ਉੱਥੇ ਤੁਹਾਨੂੰ ਇੱਕ ਸੈਕਸ਼ਨ ਮਿਲੇਗਾ ਉੱਥੇ ਤੁਹਾਨੂੰ ਜੇ ਕੋਈ ਲੱਗਦਾ ਵੀ ਆਹ ਕੁਐਸਚਨ ਦਾ ਆਨਸਰ ਗਲਤ ਦਿੱਤਾ ਹੈ ਵਿਭਾਗ ਨੇ ਠੀਕ ਹੈ ਤਾਂ ਆਨਸਰ ਇਹਦਾ ਸਹੀ ਇਹ ਹੋਊਗਾ ਤਾਂ ਤੁਸੀਂ ਉਹਦੇ ਅਕੋਰਡਿੰਗ ਦੇਖਣਾ ਮੈਂ ਆਨਸਰ ਕੀ ਵੀ ਸੰਦ ਕੰਮ ਵੈਸੇ ਆਲਰੇਡੀ ਹੀ 4 ਕੁਐਸਚਨਾਂ ਤੇ ਤੁਹਾਨੂੰ ਆਲਰੇਡੀ ਗ੍ਰੇਸ ਮਿਲ ਗਈ ਠੀਕ ਹੈ ਅੱਗੇ ਕੋਈ ਹੋਰ ਕੁਐਸਚਨ ਤੁਹਾਨੂੰ ਕੋਈ ਸ਼ੰਕੇ ਖੜੇ ਕਰਦੇ ਤਾਂ ਤੁਸੀਂ ਉੱਥੇ 50 ਰੁਪਏ ਫੀਸ ਭਰ ਕੇ ਇਤਰਾਜ਼ ਲਾ ਸਕਦੇ ਹੋ ਠ ਸ਼ਾਮ 5 ਵਜੇ ਤੱਕ ਹੈਗਾ ਭਾਵ ਤੁਹਾਡੇ ਕੋਲੇ ਕਾਫੀ ਦਿਨ ਦਿੱਤੇ ਗਏ ਤੁਹਾਨੂੰ ਦੇਖੋ ਕਾਫੀ ਦਿਨ ਦਿੱਤੇ ਗਏ 13-4 ਤੱਕ ਦਾ ਸਮਾਂ ਦਿੱਤਾ ਗਿਆ ਐਨਾ ਸਮਾਂ ਕਿਉਂ ਦਿੱਤਾ ਗਿਆ ਹੁਣ ਇਹ ਵੀ ਥੋੜਾ ਜਿਹਾ ਸੋਚਣ ਵਾਲੀ ਗੱਲ ਹੈ ਠੀਕ ਹੈ ਚਲੋ ਮਿਤੀ 13-4 ਸ਼ਾਮ 5 ਵਜੇ ਤੋਂ ਬਾਅਦ ਉਮੀਦਵਾਰਾਂ ਦਾ ਕੋਈ ਵੀ ਇਤਰਾਜ਼ ਵਿਚਾਰਿਆ ਨਹੀਂ ਜਾਵੇਗਾ ਠੀਕ ਹੈ ਜੀ ਸੋ ਇਹ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕੀਤੀ ਹੈਗੀ ਹੈ ਤਾਂ ਇੱਕ ਵਾਰ ਮੈਂ ਤੁਹਾਨੂੰ ਦਿਖਾ ਦਿੰਦਾ ਇਹ ਅਨਸਰ ਕੀ ਹੈਗੀਆਂ ਆਪਣੀ ਤੁਸੀਂ ਚੈੱਕ ਕਰ ਸਕਦੇ ਹੋ ਪੇਪਰ 1 ਦੀ ਪੰਜਾਬੀ ਜਿਹੜਾ ਪੇਪਰ ਸੀ ਉਹਦੀ ਅਨਸਰ ਕੀ ਹੈਗੀ ਹੈ ਇਹ ਵਾਲੀ ਠੀਕ ਹੈ ਸਾਰੀ ਪੇਪਰ 1 ਜਿਹੜਾ ਪੰਜਾਬੀ ਦਾ ਸੀ ਇਹਦੇ ਵਿੱਚ ਤਾਂ ਕੋਈ ਸ਼ਾਇਦ ਹੈ ਇਸ ਤਰ੍ਹਾਂ ਦੇ ਇਹਨਾਂ ਨੇ ਆਲਰੇਡੀ ਗ੍ਰੇਸ ਵਾਲਾ ਅੰਕ ਨਹੀਂ ਹੈਗਾ ਠੀਕ ਹੈ ਆ ਦੇਖੋ A ਕੋਡ B ਕੋਡ ਇਸ ਤਰ੍ਹਾਂ ਜਿਹੜੀ ਆਪਾਂ ਉਹ ਦੂਸਰੀ ਚੈੱਕ ਕਰ ਲਈਏ ਤੁਹਾਡੀ ਪੇਪਰ B ਵਾਲੀ ਠੀਕ ਹੈ ਉਹਦੇ ਵਿੱਚ ਆ ਦੇਖੋ ਜਿੱਥੇ ਸਟਾਰ ਲੱਗਿਆ ਹੋਇਆ ਲਗਭਗ ਉਹ ਸਾਨੂੰ ਗ੍ਰੇਸ ਆ ਕੇ ਮਿਲ ਚੁੱਕਿਆ ਚਾਰ ਕੁਐਸਚਨਾਂ ਤੇ ਠੀਕ ਹੈ ਸੋ ਹੁਣ ਤੁਸੀਂ ਹੋਰ ਵੀ ਜਿਹੜੀ ਗ੍ਰੇ ਅੰਕ ਮੰਨ ਲਓ ਲੈਣਾ ਚਾਹੁੰਦੇ ਹੋ ਜਾਂ ਤੁਹਾਨੂੰ ਕੋਈ ਲੱਗਦਾ ਡਾਟ ਵੀ ਇਹ ਕੁਐਸਚਨ ਗਲਤ ਪਾਇਆ ਹੈ ਜਾਂ ਇਹ ਕੁਐਸਚਨ ਦਾ ਆਨਸਰ ਇਹ ਨਹੀਂ ਇਹ ਨਹੀਂ ਜਾਂ ਚਾਰੇ ਆਪਸ਼ਨਾਂ ਚੋਂ ਕੋਈ ਵੀ ਆਨਸਰ ਨਹੀਂ ਸੋ ਨੂੰ ਲੱਗਦਾ ਹੈ ਤਾਂ ਤੁਸੀਂ ਆਪਣੇ ਸਬੂਤ ਭੇਜੋ ਥੇ ਠੀਕ ਹੈ ਲੌਗਇਨ ਕਰਕੇ ਆਈਡੀ ਤੇ ਤੁਸੀਂ ਆਪਣਾ ਇਤਰਾਜ਼ ਲਾ ਸਕਦੇ ਹੋ ਠੀਕ ਹੈ ਤੇ ਅਬਜੈਕਸ਼ਨ ਲਾ ਸਕਦੇ ਹੋ ਕਹਿਣ ਦਾ ਮਤਲਬ ਠੀਕ ਹੈ ਇਹ ਜੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕੀਤੀ ਹੈਗੀ ਆ ਬਣੇ ਰਹੋ ਚੈਨਲ ਲਾਈਕ ਕਰੋ ਸ਼ੇਅਰ ਕਰੋ ਸੋ ਕਿੰਨੇ ਕਿੰਨੇ ਤੁਹਾਡੇ ਨੰਬਰ ਆਏ ਹੈਗੇ ਆ ਉਹ ਜ਼ਰੂਰ ਦੱਸਿਓ ਠੀਕ ਹੈ ਹੁਣ ਬਹੁਤ ਸਾਰੇ ਇਹ ਪੁੱਛਦੇ ਮੈਟ ਕਿੰਨੇ ਤੇ ਜਾਊ ਮੈਟ ਕਿੰਨੇ ਤੇ ਜਾਊ ਉਹ ਕੰਮ ਤਾਂ ਮੈਂ ਭਾਈ ਕਰਨਾ ਨਹੀਂ ਕਦੇ ਨਾ ਆਪਾਂ ਅਜੇ ਤੱਕ ਪਾਇਆ ਵੀ ਇਹਨੇ ਤੇ ਜਾਊ ਇਹਨੇ ਤੇ ਜਾਊ ਉਹ ਤਾਂ ਜਦੋਂ ਮੈਂ ਟਾਊਗੀ ਤਾਂ ਉਦੋਂ ਹੀ ਪਤਾ ਲੱਗੂ ਕਿੰਨੇ ਤੇ ਜਾਊਗੀ ਠੀਕ ਹੈ ਸੋ ਸਾਰੇ ਲਈ ਵੈਸਟ ਆਫ ਲੱਕ ਹੈ ਮੇਰੇ ਵੱਲੋਂ ਸੋ ਥੈਂਕ ਯੂ ਟੇਕ ਕੇਅਰ ਬਾਏ